ਜੇਕਰ ਇਹ ਗ੍ਰੰਥੀ ਸਿੰਘ ਨਾ ਹੁੰਦਾ ਤਾਂ ਅੱਜ ਇਹਨਾਂ ਡੇਢ ਸਾਲ ਅਤੇ 1 ਸਾਲ ਦੇ ਬੱਚੇ ਦੀ ਜਾਨ ਚਲੀ ਜਾਣੀ ਸੀ। ਦਰਅਸਲ ਇਹ ਬੱਚੇ ਇੱਕ ਕਮਰੇ ਦੇ ਵਿੱਚ ਬੰਦ ਸਨ। ਇਹਨਾਂ ਦੇ ਪਰਿਵਾਰਕ ਮੈਂਬਰ ਕਿਤੇ ਗਏ ਸੀ, ਬਾਹਰ ਪਾਣੀ ਭਰਨ ਦੇ ਲਈ ਮਾਂ ਗਈ ਹੋਈ ਸੀ, ਤਾਂ ਅੰਦਰ ਅਚਾਨਕ ਧੂੰਆਂ ਨਿਕਲਣਾ ਸਟਾਰਟ ਹੋ ਜਾਂਦਾ ਹੈ। ਗ੍ਰੰਥੀ ਸਿੰਘ ਅਤੇ ਹੋਰ ਲੋਕ ਅੱਗੇ ਵੱਧ ਕੇ ਦੇਖਦੇ ਨੇ ਤਾਂ ਫਰਿੱਜ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਹੁੰਦੀਆਂ ਨੇ, ਜਿਸ ਦੀ ਚਪੇਟ ਦੇ ਵਿੱਚ ਬੱਚੇ ਆ ਜਾਂਦੇ ਨੇ ਅਤੇ ਬੁਰੀ ਤਰੀਕੇ ਦੇ ਨਾਲ ਝੁਲਸ ਗਏ ਨੇ। ਨਿੱਕੀਆਂ ਜਾਨਾਂ, ਡੇਢ ਤੇ 1 ਸਾਲ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ, ਦੋ ਨਿੱਕੀਆਂ ਜਾਨਾਂ ਸੜ ਗਈਆਂ ਨੇ ਅੱਗ ਦੇ ਵਿੱਚ। ਗ੍ਰੰਥੀ ਸਿੰਘ ਦੇ ਵੱਲੋਂ ਆਪਣੀ ਜਾਨ 'ਤੇ ਖੇਡ ਕੇ ਇਹਨਾਂ ਦੋਨਾਂ ਨੂੰ ਬਚਾਇਆ ਗਿਆ। ਇਹਨਾਂ ਦੀ ਮੌਤ ਹੋ ਸਕਦੀ ਸੀ, ਕੁਝ ਵੀ ਹੋ ਸਕਦਾ ਸੀ, ਜਾਨੀ ਨੁਕਸਾਨ ਹੋ ਸਕਦਾ ਸੀ ਪਰਿਵਾਰ ਨੂੰ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗੋਬਿੰਦ ਨਗਰੀ ਦੇ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਅਚਾਨਕ ਇੱਕ ਘਰ ਦੇ ਵਿੱਚ ਅੱਗ ਲੱਗਣ ਕਾਰਨ ਪ੍ਰਵਾਸੀ ਪਰਿਵਾਰ ਦੇ 1 ਸਾਲ ਦਾ ਲੜਕਾ ਅਤੇ 2.5 ਸਾਲ ਦੀ ਲੜਕੀ ਅੱਗ ਦੀ ਲਪੇਟ ਦੇ ਵਿੱਚ ਆ ਗਈ। ਮਾਫ਼ ਕਰਨਾ, ਪਹਿਲਾਂ 1.5 ਸਾਲ ਅਤੇ 1 ਸਾਲ ਉਮਰ ਦੱਸੀ ਸੀ, ਕੁੜੀ ਦੀ ਉਮਰ 2.5 ਸਾਲ ਦੱਸੀ ਜਾ ਰਹੀ ਹੈ ਅਤੇ ਮੁੰਡੇ ਦੀ 1 ਸਾਲ। ਇਹ ਦੋਨੇ ਬੱਚੇ ਅਤੇ ਇਹਨਾਂ ਦੇ ਪਤੀ ਪਤਨੀ ਆਪਣੇ ਕੰਮ 'ਤੇ ਗਏ ਹੋਏ ਸਨ। ਇੱਕ ਦੋਨੇ ਬੱਚੇ ਕਮਰੇ ਦੇ ਵਿੱਚ ਇਕੱਲੇ ਸੀ ਤਾਂ ਅਚਾਨਕ ਫਰਿੱਜ ਦੇ ਵਿੱਚ ਬਲਾਸਟ ਹੁੰਦਾ ਹੈ, ਕੰਪਰੈਸ਼ਰ ਲੀਕ ਹੋ ਜਾਂਦਾ ਹੈ, ਅੱਗ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਦੋਨੇ ਬੱਚੇ ਉਸ ਅੱਗ ਦੇ ਵਿੱਚ ਝੁਲਸ ਜਾਂਦੇ ਨੇ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਿਰੋਜ਼ਪੁਰ ਦੇ ਗੋਬਿੰਦ ਨਗਰ ਦੀਆਂ, ਜਿੱਥੋਂ ਦਾ ਇੱਕ ਪਾਠੀ ਸਿੰਘ ਕਿ ਉਸਨੇ ਇਹ ਨਹੀਂ ਦੇਖਿਆ ਕਿ ਪ੍ਰਵਾਸੀ ਹੈ ਕਿ ਆਪਣੇ ਲੋਕ ਨੇ, ਉਹ ਸਿੱਧਾ ਅੱਗ ਦੇ ਵਿੱਚ ਕੁੱਦ ਗਿਆ ਅਤੇ ਇਹਨਾਂ ਬੱਚਿਆਂ ਦੀ ਉਸਨੇ ਜਾਨ ਬਚਾ ਲਈ, ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦੇ ਮਾਪੇ ਉਸ ਗ੍ਰੰਥੀ ਸਿੰਘ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ, ਕਿਉਂਕਿ ਗ੍ਰੰਥੀ ਸਿੰਘ ਕਰਕੇ ਹੀ ਉਹ ਦੋਨੇ ਬੱਚਿਆਂ ਦੀ ਜਾਨ ਬਚੀ ਹੈ। ਤਾਂ ਇਸ ਗ੍ਰੰਥੀ ਸਿੰਘ ਨੂੰ ਦਿਲੋਂ ਸਲੂਟ ਹੈ, ਜਿਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੋ ਮਾਸੂਮ ਦੀਆਂ ਜਾਨਾਂ ਬਚਾਈਆਂ। ਕਿਉਂਕਿ ਅੱਗ ਲੱਗਣ 'ਤੇ ਆਮ ਇਨਸਾਨ ਭੱਜ ਸਕਦਾ ਹੈ, ਪਰ 1.5 ਅਤੇ 2.5 ਸਾਲ ਦੇ ਬੱਚੇ ਭੱਜ ਨਹੀਂ ਸਕਦੇ, ਉਹ ਚਿੱਲਾ ਨਹੀਂ ਸਕਦੇ, ਉਹ ਬਚਾਓ ਦੀ ਆਵਾਜ਼ ਨਹੀਂ ਲਗਾ ਸਕਦੇ। ਤਾਂ ਇਸ ਗ੍ਰੰਥੀ ਸਿੰਘ ਨੇ ਹੌਸਲਾ ਦਿਖਾ ਕੇ ਇਹਨਾਂ ਬੱਚਿਆਂ ਦੀ ਜਾਨ ਬਚਾਈ ਹੈ। ਤਾਂ ਇਸ ਨੂੰ 1 ਲਾਈਕ ਅਤੇ 1 ਸ਼ੇਅਰ ਦਾ ਜ਼ਰੂਰ ਬਣਦਾ ਹੈ। ਇਸ ਦੀਆਂ ਵਰਕ ਕਰਨ ਵਾਲੇ ਰਹਤੇ ਫਿਰੋਜ਼ਪੁਰ ਮੈਂ ਕਿਰਾਏ ਪੇ। ਕੀ ਹੋ ਗਿਆ ਤੁਹਾਨੂੰ? ਪਤਾ ਨਹੀਂ ਕੈਸੇ ਆਗ ਲੱਗ ਗਿਆ, ਨਹੀਂ ਪਤਾ। ਬੱਚੇ ਕਿਤਨੇ ਕੁ ਜਲ ਗਏ? ਬਹੁਤ ਜ਼ਿਆਦਾ। ਕੀ ਪ੍ਰਸ਼ਾਸਨ ਸੇ ਮੰਗ ਕਰੇ ਆ? ਬੋਲੇ ਕਿ ਮਦਦ ਕਰੀਏ, ਕਿਉਂਕਿ ਹਮਾਰਾ ਗਰੀਬ ਬੰਦੇ ਕਾ ਕਿਆ ਹੈ, ਕੁਛ ਨਹੀਂ। ਇਹ ਬੱਚੇ ਅਭੀ ਕਿਤਨੇ ਬੱਚੇ ਜਿਨਕੋ ਯੇ ਅਭੀ ਕਮਰੇ ਮੇ ਆਗ ਲੱਗੀ ਹੈ? ਦੋ ਹੈ। ਤੋ ਇਹ ਕਿਤਨੀ ਉਮਰ ਹੈ ਇਸ ਬੱਚੇ ਦੀ? ਇੱਕ 10 ਮਹੀਨੇ, ਇੱਕ ਸਰੇ 3 ਸਾਲ ਤੋਂ ਉੱਪਰ। ਤੋ ਬੱਚੋਂ ਕਾ ਕਿਤਨੇ ਪਰਸੈਂਟ, ਮਤਲਬ ਬੱਚੋਂ ਕੋ ਕਿਤਨੀ ਆਗ ਪਤਾ ਹੈ, ਕਿਤਨੀ ਜਲਦੀ ਹੈ? ਮੈਂ ਇਸ ਕੰਮ ਪਰ ਸੇ ਸਰ। ਆ ਕੰਮ ਪੇ ਦੇ? ਹਾਂਜੀ ਹਾਂਜੀ। ਘਰ ਤੇ ਕੌਣ ਦਾ? ਘਰ ਪਰ ਕੋਈ ਨਹੀਂ ਜੀ। ਤਾਂ ਔਰ ਜੋ ਬੱਚੇ ਕੀ ਮੰਮੀ ਹੈ ਉਹ ਕੰਮ ਕਰਦੀ ਹੈ? ਉਹ ਵੀ ਕੰਮ ਕਰਨੇ ਜਾਂਦੇ ਹਨ। ਕੰਮ ਕਰਨੇ ਜਾਂਦੇ? ਹਾਂਜੀ ਹਾਂਜੀ। ਦੋਨੋਂ ਬੱਚੇ ਘਰ ਤੇ ਅਕੇਲੇ? ਹਾਂਜੀ ਹਾਂਜੀ। ਅਭੀ ਡਾਕਟਰ ਨਹੀਂ ਸਭ ਬਤਾਏਗੇ ਅੰਦਰ ਅਗਲੇ ਦੀ। ਇਹ ਰਹਿੰਦੇ ਇੱਥੇ ਗੋਬਿੰਦ ਨਗਰੀ ਰਹਿੰਦੇ ਆ, ਕਿਤੇ ਰੂਮ ਵਗੈਰਾ ਹੈਗੇ ਆ? ਵੈਸੇ ਦਿਹਾੜੀ ਵਗੈਰਾ ਵਾਲੇ ਬੰਦੇ ਹੈਗੇ ਆ। ਇਹ ਕਿਤੇ ਗਏ ਹੋਏ ਸੀ ਬਾਹਰ ਆਪਣਾ
ਕੰਮ ਵਗੈਰਾ ਕਰਨ, ਪਿੱਛੋਂ ਘਰੇ ਦੂਜੇ ਕਮਰੇ 'ਚ ਬੱਚੇ ਛੱਡੇ ਹੋਏ ਸੀਗੇ, ਉੱਧਰ ਕੋਈ ਕਹਿ ਰਿਹਾ ਕਿ ਹੀਟਰ ਵਗੈਰਾ ਸੀਗਾ ਅਤੇ ਉਹ ਰੱਖਿਆ ਹੋਇਆ ਸੀ ਫਰਿੱਜ ਦੇ ਉੱਪਰ ਅਤੇ ਉਹਦੇ ਨਾਲ ਜਿਹੜਾ ਇਹ ਫਟੇ ਆ ਸਾਰੇ। ਕਿੰਨੀ ਉਮਰ ਹੈਗੀ? ਇੱਕ ਬੱਚੇ ਦੀ 1 ਸਾਲ ਉਮਰ ਹੈ, ਇੱਕ ਬੱਚੇ ਦੀ 3 ਸਾਲ ਉਮਰ ਹੈ ਜੀ, ਅਤੇ ਜਿਹੜਾ 1 ਸਾਲ ਵਾਲਾ ਉਹ ਥੋੜ੍ਹਾ ਸੀਰੀਅਸ ਹੈ ਜ਼ਿਆਦਾ, ਅਤੇ 3 ਸਾਲ ਵਾਲਾ ਥੋੜ੍ਹਾ ਜਿਹਾ ਘੱਟ ਸੀਰੀਅਸ ਹੈ। ਕਿੰਨੇ ਕੁ ਪਰਸਨ ਜਿਹੜੇ ਬਰਨ ਹੋਏ? ਦੋਨਾਂ ਦੇ 15-20% ਦੇ ਵਿਚਕਾਰ ਬਰਨ ਹੈਗੇ ਆ। ਠੀਕ ਹੈ ਜੀ, ਹਾਂਜੀ, ਦਵਾਈਆਂ ਚੱਲਦੀਆਂ ਪਈਆਂ, ਟੈਸਟ ਹੁੰਦੇ ਆ, ਡਰੈਸਿੰਗ ਸ਼ੁਰੂ ਕਰਤੀ ਹੈ, ਥੋੜ੍ਹਾ ਟਾਈਮ ਲੱਗ ਜਾਣਾ ਇਹਨਾਂ ਨੂੰ। ਜਿਹੜੇ 3.5 ਸਾਲ ਦਾ ਦੱਸਦੇ ਬੱਚਾ, ਹਾਂਜੀ, ਆਊਟ ਆਫ ਡੇਂਜਰ? ਆਊਟ ਆਫ ਡੇਂਜਰ ਨਹੀਂ ਕਹਿ ਸਕਦੇ, ਹਜੇ 1 ਦਿਨ ਤੋਂ ਬਾਅਦ ਹੀ ਦੱਸ ਪਾਵਾਂਗੇ, 24 ਘੰਟਿਆਂ ਤੋਂ ਬਾਅਦ ਦਵਾਈਆਂ ਚੱਲਦੀਆਂ ਪਈਆਂ, ਮਤਲਬ ਦਵਾਈਆਂ ਚੱਲ ਜਾਣਗੀਆਂ, ਐਂਟੀਬਾਇਓਟਿਕ ਚੱਲ ਜਾਣਗੀ, ਕੱਲ੍ਹ ਤੱਕ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਪਰਸੈਂਟ ਮਤਲਬ ਚਾਂਸਿਸ ਹੈਗੇ ਆ, ਕਿ ਸੀਰੀਅਸ ਹੈ, ਕਿਹੜੇ ਪਾਸੇ ਨੂੰ ਹੈਗਾ। ਮਦਰ ਫਾਦਰ ਲੈ ਕੇ ਆਏ ਸੀ ਬੱਚੇ? ਨਹੀਂ ਨਹੀਂ, ਮਦਰ ਫਾਦਰ ਨਹੀਂ ਲੈ ਕੇ ਆਏ ਸੀ, ਉਹ ਕਲੋਨੀ ਦੇ ਬੰਦੇ ਸੀਗੇ, ਮਦਰ ਫਾਦਰ ਘਰੇ ਨਹੀਂ ਸੀਗੇ, ਕਲੋਨੀ ਦੇ ਗ੍ਰੰਥੀ ਵਗੈਰਾ ਸੀਗੇ, ਉਹਨਾਂ ਨੇ ਦੇਖਿਆ ਦੁਆ ਨਿਕਲਦਾ ਪਿਆ, ਉਹ ਬੱਚੇ ਉਹਨੂੰ ਕੱਢ ਕੇ ਬਾਹਰ ਲੈ ਕੇ ਆਏ ਸੀ। ਅਸੀਂ ਉੱਪਰੋਂ ਨਾ ਸਾਹਮਣੇ ਰਹਿ ਸੀ ਆਪਣੇ ਉੱਪਰ, ਅਤੇ ਜਦੋਂ ਰੌਲਾ ਸੁਣਿਆ ਨਾ ਇੱਕਦਮ, ਅਤੇ ਉੱਪਰੋਂ ਦੇਖਿਆ, ਮੈਂ ਸੋਚਿਆ ਸ਼ਾਇਦ ਕੋਈ ਲੜਾਈ ਹੋਈ ਹੈ ਥੱਲੇ, ਜਦੋਂ ਦੇਖਿਆ ਅਤੇ ਆਪਣਾ ਵੀਰ ਜੀ ਬੜੀ ਉੱਚੀ ਉੱਚੀ ਆਵਾਜ਼ ਮਾਰ ਰਹੇ ਸੀ ਵੀ ਅੱਗ ਲੱਗ ਗਈ ਅੱਗ, ਅਤੇ ਮੈਂ ਫਿਰ ਜਲਦੀ ਨਾਲ ਜਦੋਂ ਭੱਜ ਕੇ ਆਇਆ ਅਤੇ ਕਾਫੀ ਲੋਕ ਇਕੱਠੇ ਹੋਏ ਸੀ ਇੱਥੇ, ਅਤੇ 5-7 ਜਣੇ ਇੱਥੇ ਬਾਲਟੀਆਂ ਭਰ ਕੇ ਪਾਣੀ ਡੋਲ ਰਹੇ ਸੀ ਸਾਰੇ, ਅਤੇ ਸਾਰੇ ਕੋਸ਼ਿਸ਼ ਕਰ ਰਹੇ ਸੀ ਆ ਫਰਿੱਜ ਜਿਹੜੀ ਹੈ ਉਹਦੇ ਵਿੱਚੋਂ ਕਾਫੀ ਜ਼ੋਰ ਦੀ ਲਾਟਾਂ ਨਿਕਲ ਰਹੀਆਂ ਸੀਗੀਆਂ, ਅਤੇ ਫਿਰ ਇੱਥੇ ਕੋਈ ਨਾਲ ਰੌਲਾ ਪਾ ਰਿਹਾ ਸੀ ਵੀ ਬੱਚੇ ਵੀ ਹੈ, ਬੱਚੇ ਪਤਾ ਨਹੀਂ ਕਿੱਥੇ ਹੈ। ਫਿਰ ਇਹਨਾਂ ਨਾਲ ਦੇ ਕਮਰਿਆਂ ਵਿੱਚ ਅਸੀਂ ਦੇਖ ਰਹੇ ਸੀ ਪਹਿਲਾਂ ਵੀ ਸ਼ਾਇਦ ਇੱਧਰ ਬੱਚੇ ਹੋਣ ਜਾਂ ਇੱਧਰ ਮਿਲ ਜਾਣ, ਬੱਚੇ ਮਿਲੇ ਨਹੀਂ ਗਏ, ਅਤੇ ਬਾਅਦ 'ਚੋਂ ਮੈਨੂੰ ਮਹਿਸੂਸ ਹੋਇਆ ਵੀ ਬੱਚੇ ਅੰਦਰ ਹੀ ਨੇ, ਅਤੇ ਉਹ ਅੱਗ ਕਾਫੀ ਹੱਦ ਤੱਕ ਵੈਸੇ ਬੁੱਝ ਗਈ ਸੀਗੀ, ਅਤੇ ਅੱਗ ਲਾਟਾਂ ਨਿਕਲ ਰਹੀਆਂ ਸੀ ਵਿੱਚੋਂ ਅਜੇ, ਅਤੇ ਉਹ ਫਿਰ ਅੰਦਰ ਵੀ ਕਾਫੀ ਜਿਹੜਾ ਧੂੰਆਂ ਬਹੁਤ ਜ਼ਿਆਦਾ ਭਰ ਗਿਆ ਸੀਗਾ, ਅਤੇ ਮੈਂ ਫਿਰ ਇੱਕੋ ਦਮ ਅੰਦਰ ਜਾ ਕੇ ਜਦੋਂ ਅਤੇ ਦੇਖਿਆ ਕੁਝ ਦਿਸਿਆ ਨਹੀਂ ਪਹਿਲਾਂ ਮੈਨੂੰ, ਅਤੇ ਧੂੰਆਂ ਬਹੁਤ ਜ਼ਿਆਦਾ ਸੀ, ਮੈਂ ਫਿਰ ਆਪਣਾ ਮੋਬਾਈਲ ਕੱਢ ਕੇ ਟੌਰਚ ਜਗਾਈ ਅੰਦਰ, ਅਤੇ ਬੱਚਿਆ 1 ਦਿਸਿਆ ਪਹਿਲਾਂ ਮੈਨੂੰ, ਉਹਨੂੰ ਮੈਂ ਕੱਢ ਕੇ ਬਾਹਰ ਲਿਆਇਆ, ਅਤੇ ਫਿਰ ਪਤਾ ਲੱਗਾ ਵੀ ਇੱਕ ਹੋਰ ਬੱਚਾ ਅੰਦਰ ਹੈ, ਅਤੇ ਜਦੋਂ ਮੈਂ ਫਿਰ ਦੁਬਾਰਾ ਅੰਦਰ ਗਿਆ ਟੌਰਚ ਲੈ ਕੇ, ਅਤੇ ਇੱਕ ਬੱਚਾ ਪਰਲੇ ਪਾਸੇ ਮੰਜੇ ਦੇ ਨਾਲ ਲੱਗਿਆ ਹੋਇਆ ਸੀਗਾ, ਅਤੇ ਉਹ ਬੱਚੇ ਨੂੰ ਵੀ ਜਦੋਂ ਮੈਂ ਲਿਆਂਦਾ ਕੱਢ ਕੇ, ਉਹਦਾ ਮੂੰਹ ਕਾਲਿਆ ਧੂੰਏ ਨਾਲ ਬਿਲਕੁਲ ਕਾਲਾ ਹੋਇਆ ਪਿਆ ਸੀਗਾ, ਅਤੇ ਬੱਚੇ ਦਾ ਮਤਲਬ ਚਿਹਰਾ ਪਤਾ ਨਹੀਂ ਲੱਗ ਰਿਹਾ ਸੀਗਾ, ਅਤੇ ਉਹ ਦੋਨਾਂ ਬੱਚਿਆਂ ਨੂੰ ਜਦੋਂ ਲਿਆਂਦਾ ਬਾਹਰ, ਅਤੇ ਉਸ ਤੋਂ ਬਾਅਦ ਨਾਲ ਹੀ ਫਿਰ ਜਲਦੀ ਨਾਲ ਲੈ ਕੇ ਚਲੇ ਗਏ ਸੀਗੇ ਹਸਪਤਾਲ ਦੇ ਵਿੱਚ, ਅਤੇ ਇਹ ਘਟਨਾ ਵਾਪਰੀ ਹੈ ਜੀ। ਤੁਸੀਂ ਨਾਲ ਹੀ ਗਏ ਸੀ? ਨਹੀਂ, ਮੈਂ ਨਾਲ ਨਹੀਂ ਗਿਆ ਸੀਗਾ, ਮੈਂ ਜਦੋਂ ਅੰਦਰੋਂ ਕੱਢਿਆ ਅਤੇ ਮੇਰੀਆਂ ਅੱਖਾਂ ਅਤੇ ਚਿਹਰਾ ਕਾਫੀ ਜਲ ਰਿਹਾ ਸੀਗਾ, ਮੈਂ ਫਿਰ ਆਪਣਾ ਡਾਕਟਰ ਦੇ ਕੋਲ ਥੋੜ੍ਹੀ ਕਰੀਮ ਅਤੇ ਅੱਖਾਂ 'ਚ ਦਾਰੂ ਦੂਰੂ ਪਾਇਆ ਮੈਂ, ਅਤੇ ਫਿਰ ਮੂੰਹ ਕਾਫੀ ਮੇਰਾ ਕਾਲਾ ਧੂੰਏ ਨਾਲ ਹੋ ਗਿਆ ਸੀਗਾ, ਮੈਂ ਆਪਣਾ ਮੂੰਹ ਮੈਂ ਧੋਣ ਲੱਗ ਗਿਆ ਸੀਗਾ, ਅਤੇ ਉਹਨੇ ਨੂੰ ਫਿਰ ਬੱਚੇ ਜਿਹੜੇ ਸੀ ਉਹ ਦੂਸਰੇ ਵੀਰ ਜੀ ਹਰੀ ਲੈ ਕੇ ਚਲੇ ਗਏ ਸੀਗੇ ਜੀ ਹਸਪਤਾਲ ਤੱਕ। ਬਾਬਾ ਜੀ, ਤੁਸੀਂ ਗੁਰਦੁਆਰਾ 'ਚ? ਮੈਂ ਇੱਥੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਦੀ ਡਿਊਟੀ ਕਰਦਾ ਜੀ। ਹਾਂਜੀ, ਇੱਥੋਂ ਦੇ ਰਹਿਣ ਵਾਲੀ? ਹਾਂ, ਲੋਕਲ ਹੀ ਆ ਜੀ, ਫਿਰੋਜ਼ਪੁਰ ਦੇ RSD ਕਾਲਜ ਦੇ ਨੇੜੇ ਰਹਿਸ਼ ਹੈ ਜੀ, ਅਤੇ ਇੱਥੇ ਡਿਊਟੀ ਕਰਕੇ ਪਰਮਾਨੈਂਟ ਵੈਸੇ ਇੱਥੇ ਰਹਿ ਰਹੇ ਹਾਂ ਇਸ ਟਾਈਮ ਦੀ ਡਿਊਟੀ ਦੇ ਕਰਕੇ ਜੀ। ਹਾਂਜੀ,